ਅਸਲਾਮ ਵਾਲੇਕੁਮ ਹਕੀਮ ਸਾਹਿਬ। ਵਾਲੇਕੁਮ ਹਕੀਮ ਸਾਹਿਬ, ਮੇਰੇ ਪੇਟ 'ਚ ਬੜੀ ਦਰਦ ਹੋਣ ਡਈ ਜੇ। ਕੱਲ੍ਹ ਪਰਸੋਂ ਈਦ ਹੋ ਜਾਣੀ ਹੈ, ਮੈਂ ਤਾਂ ਖਾਣੇ 'ਚ ਬੱਕਰੇ, ਮੇਰੇ ਪੇਟ 'ਚ ਬੜੀ ਦਰਦ ਹੋਣ ਡਈ। ਤੁਸੀਂ ਚੈੱਕ ਕਰੋ, ਮੈਂ ਤਾਂ ਹਕੀਮ ਸਾਹਿਬ ਨੂੰ ਦਵਾਈ ਲੈਣ ਆ। ਆ ਜਾਓ ਬੈਠੋ। ਤੁਸੀਂ ਤੇ ਕੀ ਖਾਧਾ ਸੀ ਰਾਤੀ? ਹਕੀਮ ਸਾਹਿਬ, ਖਾਣਾ ਕੀ ਸੀ? ਉਹਨੂੰ ਕੀ ਹੈ, ਦੋਸਤ ਦੋਸਤ ਬਣਾ ਖਾਧਾ ਸੀ, ਅਤੇ ਉਹ ਤਾਂ ਮੈਨੂੰ ਫੜ ਕੇ ਨਾ ਆਉਂਦੇ ਆ, ਕੰਮ ਨਹੀਂ ਖਰਾਬ ਕਰਦਾ। ਅਤੇ ਮੈਂ ਹੁਣ ਕਹਿ ਨਹੀਂ ਸਾ, ਕੱਲ੍ਹ ਪਰਸੋਂ ਇਹ ਈਦ ਹੋ ਜਾਣੀ ਹੈ, ਅਤੇ ਬੱਕਰੇ ਖਾਣੇ ਸੀ, ਅਤੇ ਪੇਟ ਨੇ ਨਿਕਲਿਆ ਘਰ। ਤੁਸੀਂ ਬੱਕਰੇ ਛੱਡ ਕੇ ਕੱਟੇ ਵੀ ਖਾਈ ਜਾਇਆ ਜੇ, ਤੁਹਾਡਾ ਇਹੋ ਜਿਹਾ ਇਲਾਜ ਕਰ ਦਿਆਂਗੇ, ਅਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਇੱਥੇ ਬਹਿਣਾ ਜੀ? ਹਾਂਜੀ, ਇੱਥੇ ਬਹਿਣਾ। ਮੈਂ ਠੀਕ ਹੋ ਜਾਵਾਂਗੀ? ਤੁਸੀਂ ਠੀਕ ਹੋ ਜਾਓ। ਅੱਛਾ, ਤੁਸੀਂ ਊਂਟ ਵੀ ਖਾਈ ਜਾਓ, ਕੱਟੇ ਵੀ ਖਾਈ ਜਾਓ, ਤਾਂ ਹਜ਼ਮ ਹੋ ਜਾਣਾ। ਮੇਰੇ ਬੜੇ ਪੇਟ ਦਰਦ ਹੈ, ਮੈਂ ਤਾਂ ਬਾਰ 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 ਬਾਥਰੂਮ ਜਾਣਾ ਚਾਹੀਦਾ। ਤੁਸੀਂ ਬਾਥਰੂਮ ਨਹੀਂ ਜਾਓਗੇ, ਮੁੜ ਕੇ ਤੁਸੀਂ ਬੈਡਰੂਮ 'ਚ ਜਾਓਗੇ। ਚਲੋ ਮੈਨੂੰ ਚੈੱਕ ਕਰੋ ਫਿਰ, ਮੈਨੂੰ ਕੀ ਬਣ ਗਿਆ। ਤੁਸੀਂ ਇੱਥੇ ਲੇਟੋ। ਇੱਥੇ ਕਰਕੇ ਦਰਦ ਹੋ ਗਈ ਹੈ। ਤੁਹਾਡੀ ਜਿਹੜੀ ਈਦ ਹੈ ਨਾ, ਉਹ ਬਿਲਕੁਲ ਤੁਹਾਨੂੰ ਰੱਜ ਰੱਜ ਗੋਸ਼ਤ ਖਾਣਾ, ਦਵਾਈ ਤੁਹਾਨੂੰ ਇਹੋ ਜਿਹੀ ਦੇ ਦੇਣਾ। ਉਹੀ ਤਾਂ ਹਕੀਮ ਸਾਹਿਬ ਮੈਂ ਕਹਿਣ ਦੇ ਹਾਂ, ਸਾਲ 'ਚ ਕਦੇ ਨਸੀਬ ਹੁੰਦਾ ਹੈ ਈਦ ਦਾ, ਇਹ ਰੱਜ ਰੱਜ ਗੋਸ਼ਤ ਖਾਣ ਨੂੰ ਦਿਲ ਕਰਦਾ, ਜੇ ਗੋਸ਼ਤ ਨਾ ਖਾਧਾ ਤਾਂ ਕੀ ਕਰਾਂ। ਅਸੀਂ ਜੱਦੀ ਪੁਸ਼ਤੀ ਹਕੀਮ ਆ, ਕੋਈ ਐਰੇ ਗੈਰੇ ਨਹੀਂ। ਤਦੇ ਤਾਂ ਤੁਹਾਡੇ ਕੋਲ ਮੈਂ ਆਈ ਹਾਂ, ਹੋਰਾਂ ਦਾ ਮੈਨੂੰ ਯਕੀਨ ਹੀ ਕੋਈ ਨਹੀਂ। ਹਾਏ ਹਕੀਮ ਸਾਹਿਬ, ਮੈਨੂੰ ਬੜੀ ਦਰਦ ਹੈ। ਦੋਸਤ ਨਾਲ ਤੁਸੀਂ ਦੋਸਤ ਵੀ ਹੋ, ਸਾਰਿਆਂ ਨੂੰ ਤੁਹਾਨੂੰ ਇਹੋ ਜਿਹੀ ਦਵਾਈ ਦੇ ਦੇਣਾ। ਤੁਹਾਡੇ ਖਾਬ ਤੁਹਾਨੂੰ ਕਿਹੋ ਜਾਂਦੇ ਨੇ? ਐਹੀ ਕਿ ਬੱਕਰਾ ਖਾਣਾ। ਬੱਕਰੇ ਨਾਲ ਹੋਰ ਕੁਛ ਖਾ ਲੈਂਦੇ? ਹਾਂ ਨਾ, ਕੀ ਸਾ ਹੁਣ ਤਾਂ ਕੁਛ ਵੀ ਖਾ ਲਈ। ਤੁਸੀਂ ਹੁਣ ਤਾਂ ਕੁਛ ਵੀ ਖਾਓ, ਭਾਵੇਂ ਹਰੰਦਾ ਵੀ ਖਾ ਲਓ, ਇਹ ਸੁਬੇ ਤੁਹਾਡੇ ਜਿਹੜੇ ਬਣੇ ਹੋਏ ਨਾ, ਬਿਲਕੁਲ ਠੀਕ ਹੋ ਜਾਣ। ਹਾਏ ਹਾਏ ਬਿਲਕੁਲ ਤੁਸੀਂ ਠੀਕ ਹੋ ਜਾਓ।
ਕੀ ਕਰਨ ਦੇ ਕੀ ਸਾ ਦੱਸੋ ਕੋ ਫਰਕ ਪਿਆ ਨਾ ਇੱਥੇ ਟੇਟ ਨੂੰ ਹਾਂ ਜੀ ਮਾੜਾ ਮੋਟਾ ਹੀ ਮਾੜਾ ਮੋਟਾ ਹੀ ਸਾਰਾ ਸਹੀ ਹੋ ਗਿਆ ਦਵਾਈ ਦੇ ਨਾਲ ਤੁਹਾਨੂੰ ਗੋਸ਼ਤ ਖਾ ਖਾ ਕੇ ਤੁਹਾਡਾ ਗੋਸ਼ਤ ਵਧੀ ਜਾਣ ਗਿਆ ਕਹਿੰਦਾ ਤੁਹਾਡਾ ਗੋਸ਼ਤ ਵੱਧ ਗਿਆ ਬਹੁਤਾ ਗੋਸ਼ਤ ਖਾ ਖਾ ਕੇ ਤੁਹਾਡੀ ਸਾਰੀ ਪੀੜ ਹਟਾ ਦੇਣਾ ਐ ਤੁਹਾਨੂੰ ਦਵਾਈ ਦੇਣ ਲੱਗੇ ਐ ਕੁੜੀਆਂ ਸੁਬਹ ਸ਼ਾਮ ਖਾਣੀਆਂ ਨੇ ਐ ਇੱਕ ਗੋਲੀ ਸੁਬਹ ਇੱਕ ਸ਼ਾਮ ਖਾਣੀ ਤੁਹਾਡੀ ਬਿਲਕੁਲ ਦਰਦ ਖਤਮ ਹੋ ਜਾਏ ਹੁਣ ਇਹ ਜਿਹੜੀ ਤੁਹਾਨੂੰ ਐਕਸਰਸਾਈਜ਼ ਕਰਾਈ ਉਹਦੇ ਨਾਲ ਫਰਕ ਪਿਆ ਜੇ ਹਾਂਜੀ ਮਾੜਾ ਹੋ ਗਿਆ ਪੈਸੇ ਤੁਸੀਂ ਹੁਣ ਕੱਲ ਤੁਸੀਂ ਫੇਰ ਆਣਾ ਇਹ ਤੁਸੀਂ ਦੁੱਧ ਨਾਲ ਵੀ ਖਾ ਸਕਦੇ ਹੋ ਪਾਣੀ ਨਾਲ ਵੀ ਖਾ ਸਕਦੇ ਅੱਛਾ ਮਨ ਨਾ ਮੈਨਾਂ ਦੁੱਧ ਬੜਾ ਸ਼ੌਂਕ
ਦੁੱਧ ਦੁੱਧ ਹੀ ਰੱਜ ਰਹੇ ਤੇ ਗੋਸ਼ਤ ਨਹੀਂ ਖਾਈ ਜਾਣਾ, ਕੱਲ ਨੂੰ ਤੁਸੀਂ ਫੇਰ ਆਣਾ, ਇੱਕ ਹਜ਼ਾਰ ਰੁਪਏ ਦੇ ਦੇ, ਕੱਲ ਦੇ ਦੇਣਾ। ਸੱਚੀ ਮੁੱਚੀ ਤੁਸੀਂ ਨੀ ਜਾਣਦੇ ਹਕੀਮ ਸਾਹਿਬ, ਮੈਂ ਸਭਾ ਚੌਧਰੀ। ਅੱਛਾ ਅੱਛਾ, ਅਸੀਂ ਤੇ ਤੁਹਾਨੂੰ ਰਾਣੀ ਕਹਿੰਦੇ ਹੁੰਦੇ ਸੀ। ਭੁੱਲ ਗਿਆ ਸਨ, ਬਹੁਤ ਦੇਰ ਬਾਅਦ ਆਇਆ। ਠੀਕ ਹੈ, ਤੁਸੀਂ ਆ ਜਾਓ ਕੱਲ ਨੂੰ, ਫਿਰ ਤੁਸੀਂ ਟਾਈਮ ਨਾਲ ਹੀ ਆ ਜਾਣਾ ਤੇ ਫਿਰ ਰੋਜ਼ ਹੀ ਆਇਆ ਕਰਨਾ। ਚਲੋ ਠੀਕ ਹੈ, ਅੱਲਾਹ ਹਾਫਿਜ਼।